ਸਾਡੇ ਨਾਲ ਤਰੁਣ ਚੁੱਕ ਜੀ ਸਾਡੇ ਨਾਲ ਨੇ ਨਾਲ ਗੁਰਜੀਤ ਹੋਇਲਾ ਜੀ ਕੁਮਰ ਵਿਜੇ ਪ੍ਰਤਾਪ ਜੀ ਬੰਦੇ ਸਭ ਤੋਂ ਲੱਚੁਕ ਸਾਹਿਬ ਰਾਮਨੌਮੀ ਦੇ ਸੰਬੰਧੀ ਯਾਤਰਾ ਕੀ ਕਹਿਣਾ ਚਾਹੁੰਦੇ ਐਸਾ ਹੈ ਕਿ ਅੱਜ ਬੜਾ ਪਵਿੱਤਰ ਦਿਹਾੜਾ ਹੈ ਪੂਰੇ ਦੇਸ਼ ਦੇ ਵਿੱਚ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਕੱਛ ਤੋਂ ਲੈ ਕੇ ਗੁਹਾਟੀ ਤੱਕ ਔਰ ਪੂਰੇ ਵਰਲਡ 'ਚ ਲੋਕ ਭਗਵਾਨ ਰਾਮ ਜੀ ਦੇ ਜਨਮ ਦੇ ਉਤਸਵ ਨੂੰ ਮਨਾ ਰਹੇ ਨੇ ਅੰਮ੍ਰਿਤਸਰ 'ਚ ਵੀ ਅਸੀਂ ਸਾਰੇ ਲੋਕ ਮਿਲ ਕੇ ਭਗਵਾਨ ਰਾਮ ਜੀ ਦੇ ਅੱਜ ਦੇ ਜਨਮ ਦੇ ਉਤਸਵ ਨੂੰ ਮਨਾ ਰਹੇ ਹਾਂ ਔਰ ਭਗਵਾਨ ਰਾਮ ਦਾ ਉਤਸਵ ਸਾਰੀਆਂ ਪਾਰਟੀਆਂ ਸਾਰੇ ਪੰਥ ਸਾਰੇ ਜਾਤੀਆਂ ਧਰਮਾਂ ਦੇ ਲੋਕ ਅਸੀਂ ਮਿਲ ਕੇ ਅੰਮ੍ਰਿਤਸਰ 'ਚੋਂ ਇੱਥੇ ਸ਼ੋਭਾ ਯਾਤਰਾ ਜਿਹੜੀ ਕਈ ਸੈਂਕੜੇ ਸਾਲਾਂ ਤੋਂ ਇੱਥੇ ਚੱਲਦੀ ਆ ਰਹੀ ਹੈ ਉਸ ਸ਼ੋਭਾ ਯਾਤਰਾ 'ਚ ਸ਼ਾਮਿਲ ਹੋ ਰਹੇ ਹਾਂ ਔਰ ਮੇਰੀ ਅੱਜ ਪ੍ਰਭੂ ਰਾਮ ਅੱਗੇ ਪ੍ਰਾਰਥਨਾ ਹੈ ਕਿ ਉਹ ਭਾਰਤ ਦਾ ਨਾਂ ਪੂਰੇ ਵਿਸ਼ਵ 'ਚ ਰੋਸ਼ਨ ਹੋਵੇ ਸੁੱਖ ਸਮ੍ਰਿੱਧੀ ਹੋਵੇ ਪਰਿਆਵਰਨ ਦੇ ਵਿੱਚ ਭਾਰਤ ਵਿਸ਼ਵ 'ਚ ਅਗਰਣੀ ਬਣੇ ਸ਼ਾਂਤੀ 'ਚ ਵਿਸ਼ਵ ਦਾ ਅਗਰਦੂਤ ਬਣੇ ਔਰ ਅੰਮ੍ਰਿਤਸਰ 'ਚ ਅਸੀਂ ਸਾਰਾ ਭਾਈਚਾਰਾ ਮਿਲ ਕੇ ਇਸ ਤਰ੍ਹਾਂ ਹੀ ਅੰਮ੍ਰਿਤਸਰ ਦੇ ਵਿਕਾਸ 'ਚ ਲੱਗੇ ਰਹੇ ਜਿਵੇਂ ਪੰਜਾਬ ਦੇ ਮੌਜੂਦਾ ਹਾਲਾਤ ਨੇ ਜਿਵੇਂ ਭਗਵਾਨ ਰਾਮ ਦੀ ਤੁਸੀਂ ਗੱਲ ਕਰ ਭਗਵਾਨ ਹਾਂ ਚਲੋ ਚਲੋ ਦੱਸਦਾ ਮੈਂ ਕਿਹਾ ਕਿ ਭਗਵਾਨ ਰਾਮ ਜਿਹੜੇ ਨੇ ਸਾਰੇ ਭਗਵਾਨ ਰਾਮ ਸ਼ਾਂਤੀ ਦੇ ਪ੍ਰਤੀਕ ਨੇ ਕੀ ਕਹਿਣਾ ਚਾਹੁੰਦੇ ਅੱਜ ਦੇ ਮੌਜੂਦਾ ਦੇ ਹਾਲਾਤ ਐਸਾ ਹੈ ਕਿ ਭਗਵਾਨ ਰਾਮ ਤੋਂ ਸਾਨੂੰ ਸਾਰਿਆਂ ਨੂੰ ਨਾਲ ਮਿਲ ਕੇ ਚੱਲਣ ਦੀ ਪ੍ਰੇਰਨਾ ਮਿਲਦੀ ਔਰ ਸਭ ਨੂੰ ਮਿਲ ਕੇ ਆਪਣੇ ਪ੍ਰਦੇਸ਼ ਆਪਣੇ ਸ਼ਹਿਰ ਦੇ ਵਿਕਾਸ 'ਚ ਲੱਗਣਾ ਰਾਮ ਮੰਦਿਰ ਇਸ ਸਾਲ ਚੁੱਕ ਜੀ ਬਣ ਜਾਏਗਾ ਹਾਂ ਬਿਲਕੁਲ 1 ਜਨਵਰੀ ਨੂੰ ਸਭ ਪਾਸੇ ਖੁੱਲੇਗਾ ਔਰ ਦੇਸ਼ ਦੇ ਸਾਰੇ ਨਾਗਰਿਕ ਉਹਦੇ ਦਰਸ਼ਨ ਕਰ ਸਕਣਗੇ ਅੱਜ ਦਾ ਤਰੁਣ ਚੁੱਕ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਦਾ ਵੱਡਾ ਬਿਆਨ ਦਿੱਤਾ ਹੈ ਕਿ ਰਾਮ ਮੰਦਿਰ ਦਾ ਜਿਹੜਾ ਨਿਰਮਾਣ ਹੈ ਉਹ ਹੋ ਜਾਏਗਾ ਇੱਥੇ ਸਾਡੇ ਨਾਲ ਕੁੰਵਰ ਵਿਜੇ ਪ੍ਰਤਾਪ ਜੀ ਵੀ ਨੇ ਬਿਲਕੁਲ ਦਾ ਮੈਂਬਰ ਪਾਰਲੀਮੈਂਟ ਅੰਮ੍ਰਿਤਸਰ ਦੇ ਵਿੱਚ ਸ਼ੋਭਾ ਯਾਤਰਾ ਜਿਹੜੀ ਨਿਕਲ ਰਹੀ ਆ ਉਸਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਰੁਣ ਚੁੱਗ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਤੋਂ ਸੈਂਟਰਲ ਹਲਕੇ ਤੋਂ ਜਿਹੜੇ ਵਿਧਾਇਕ ਨੇ ਕੁੰਵਰ ਵਿਜੇ ਪ੍ਰਤਾਪ ਜੀ ਤਾਂ ਤਮਾਮ ਸ਼ਹਿਰ ਦੇ ਵੱਡੇ ਆਗੂ ਇਸ ਜਗ੍ਹਾ ਦੇ ਉੱਤੇ ਪਹੁੰਚੇ ਨੇ ਤਾਂ ਸ਼ੋਭਾ ਯਾਤਰਾ ਦੀਆਂ ਤਸਵੀਰਾਂ ਅੰਮ੍ਰਿਤਸਰ ਦੇ ਵਿੱਚ ਸਨਮਾਨਿਤ ਕੀਤਾ ਜਾ ਰਿਹਾ ਹੈ ਤਰੁਣ ਚੁੱਗ ਜੀ ਨੂੰ ਅਤੇ ਉਹਨਾਂ ਨੇ ਕੋਈ ਵੀ ਸਿਆਸੀ ਹਾਲਾਤ ਬਿਆਨ ਦੇਣ ਤੋਂ ਕੋਈ ਗੱਲ ਨਹੀਂ ਕੀਤੀ ਬਟ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਦੇ ਜੋ ਮੌਜੂਦਾ ਹਾਲਾਤ ਨੇ ਉਸ ਮੁਤਾਬਕ ਜੋ ਭਗਵਾਨ ਰਾਮ ਨੇ ਸ਼ਾਂਤੀ ਦਾ ਸੰਦੇਸ਼ ਦਿੱਤਾ ਪੰਜਾਬ ਦੇ ਲੋਕ ਵੀ ਅਮਨ ਸ਼ਾਂਤੀ ਦੇ ਨਾਲ ਰਹਿਣਾ ਪਸੰਦ ਕਰਦੇ ਨੇ ਅਮਨ ਸ਼ਾਂਤੀ ਜਿਹੜੀ ਹੈ ਉਹ ਪੰਜਾਬ ਦੇ ਲੋਕਾਂ ਦੇ ਵਿੱਚ ਤਸਵੀਰਾਂ ਅੰਮ੍ਰਿਤਸਰ ਦੀ ਮਜੀਠ ਮੰਡੀ ਦੀਆਂ ਨੇ ਜਿੱਥੇ ਰਾਮਨੌਮੀ ਮੌਕੇ ਅੱਜ ਯਾਤਰਾ ਜਿਹੜੀ ਹੈ ਉਹ ਕੱਢੀ ਜਾ ਰਹੀ ਹੈ ਸ਼ੋਭਾ ਯਾਤਰਾ ਜਿਹਦੇ ਵਿੱਚ ਸਨਮਾਨਿਤ ਕੀਤਾ ਜਾ ਰਿਹਾ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਜਨਰਲ ਸਕੱਤਰ ਨੇ ਜਿਹੜੇ ਆਗੂ ਸਾਹਿਬਾਨ ਨੇ ਅੰਮ੍ਰਿਤਸਰ ਦੇ ਵਿੱਚ ਸ਼ੋਭਾ ਯਾਤਰਾ ਦੇ ਸ਼ਹਿਰ ਦਾ ਭੀੜ ਭਾੜ ਦਾ ਏਰੀਆ ਹੈ ਇੱਥੇ ਸ਼ੋਭਾ ਯਾਤਰਾ ਜਿਹੜੀ ਕੱਢੀ ਜਾ ਰਹੀ ਹੈ ਤਾਂ ਤਰੁਣ ਚੁੱਕ ਵਿਸ਼ੇਸ਼ ਤੌਰ ਦੇ ਉੱਤੇ ਇੱਥੇ ਪਹੁੰਚੇ ਨੇ ਤਾਂ ਸਵਾਗਤ ਉਹਨਾਂ ਦਾ ਕੀਤਾ ਜਾ ਰਿਹਾ ਹੈ ਕਾਫੀ ਉਹਨਾਂ ਦੇ ਸਮਰਥਕ ਜਿਹੜੇ ਨੇ ਇਸ ਜਗ੍ਹਾ ਦੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਆਗੂ ਨੇ ਸ਼ਹਿਰ ਅੰਮ੍ਰਿਤਸਰ ਸ਼ਹਿਰ ਦੇ ਜਿਹੜੇ ਵਾਸੀ ਨੇ ਉਹ ਇਸ ਖੇਤਰ ਦੇ ਵਿੱਚ ਤਰੁਣ ਚੁੱਗ ਦਾ ਸਵਾਗਤ ਕਰ ਰਹੇ ਤਾਂ ਹੁਣ ਸਟੇਜ ਵੱਲ ਵੱਧ ਰਹੇ ਨੇ ਤਰੁਣ ਚੁੱਗ ਇਸ ਜਗ੍ਹਾ ਤੋਂ ਸਿੱਧੀਆਂ ਤਸਵੀਰਾਂ ਅੰਮ੍ਰਿਤਸਰ ਦੀ ਮਜੀਠ ਮੰਡੀ ਦੀਆਂ ਨੇ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਸ਼ੋਭਾ ਯਾਤਰਾ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਪਹੁੰਚੇ ਨੇ ਫੁੱਲਾਂ ਦੀ ਵਰਖਾ ਜਿਹੜੀ ਆ ਉਹ ਤਰੁਣ ਚੁੱਗ ਦੇ ਉੱਤੇ ਕੀਤੀ ਗਈ ਮਜੀਠ ਮੰਡੀ ਦੀ ਵਪਾਰੀ ਵਰਗ ਜਿਹੜੇ ਨੇ ਉਹਨਾਂ ਦੇ ਵੱਲੋਂ ਇਸ ਜਗ੍ਹਾ ਦੇ ਉੱਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤਾਂ ਇਹ ਤਮਾਮ ਆਗੂ ਜਿਹੜੇ ਇਸ ਜਗ੍ਹਾ ਦੇ ਉੱਤੇ ਪਹੁੰਚੇ ਨੇ ਕੁੰਵਰ ਵਿਜੇ ਪ੍ਰਤਾਪ ਇੱਥੇ ਪਹੁੰਚੇ ਨੇ ਤੇ ਗੁਰਜੀਤ ਸਿੰਘ ਔਜਲਾ ਸਾਰੇ ਆਗੂਆਂ ਨਾਲ ਗੱਲ ਕਰਾਂਗੇ ਤਾਂ ਹੁਣ ਸਟੇਜ ਤੋਂ ਜਿਹੜਾ ਤਰੁਣ ਚੁੱਗ ਵੱਲੋਂ ਜਿਹੜੇ ਇੱਥੇ ਆਗੂ ਪਹੁੰਚੇ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਸਟੇਜ ਤੋਂ ਸਨਮਾਨਿਤ ਕੀਤਾ ਜਾਏਗਾ ਕੈਮਰਾ ਪਰਸਨ ਮੁਕੇਸ਼ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ।